ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 27ਵੀਂ ਪੌੜੀ ਹੈ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਸੰਸਾਰ ਵਿੱਚ ਜ਼ੁਲਮ ਤੇ ਪਾਪ ਫੈਲਿਆ ਹੋਇਆ ਸੀ ਤੇ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਜਦੋਂ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਤਾਂ ਅਗਿਆਨਤਾ ਦਾ ਹਨੇਰਾ ਮਿਟ ਗਿਆ ਤੇ ਸਾਰੇ ਸੰਸਾਰ ਵਿੱਚ ਗਿਆਨ ਦਾ ਚਾਨਣ ਹੋ ਗਿਆ ਅੱਗੇ ਫਰਮਾਉਂਦੇ ਹਨ ਕਿ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਆ ਇਉਂ ਹੀ ਸਮਝ ਲਓ ਜਿਵੇਂ ਸੂਰਜ ਦੇ ਨਿਕਲਣ ਨਾਲ ਤਾਰੇ ਲੁਕ ਜਾਂਦੇ ਹਨ ਤੇ ਹਨੇਰਾ ਦੂਰ ਹੋ ਜਾਂਦਾ ਹੈ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰੋਆ ਸਿੰਘ ਤੋਂ ਭਾਵ ਹੈ ਸ਼ੇਰ ਮਿਰਗਾਵਲੀ ਤੋਂ ਭਾਵ ਹੈ ਹਿਰਨਾ ਦੀਆਂ ਡਾਰਾਂ ਤੇ ਬੁਕੇ ਦਾ ਭਾਵ ਹੈ ਗਰਜਣਾ ਜਿਵੇਂ ਸ਼ੇਰ ਦੇ ਗਰਜਣ ਨਾਲ ਹਿਰਨਾ ਦੀਆਂ ਡਾਰਾਂ ਨੂੰ ਭੱਜਣਾ ਪੈ ਜਾਂਦੀਆਂ ਹਨ ਤੇ ਉਹ ਧੀਰਜ ਨਹੀਂ ਧਰਦੀਆਂ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਜਿੱਥੇ ਵੀ ਬਾਬਾ ਮੀਨਜ਼ ਗੁਰੂ ਨਾਨਕ ਦੇਵ ਜੀ ਨੇ ਪੈਰ ਰੱਖਿਆ ਪਾਵ ਸਿੱਖਿਆ ਦਿੱਤੀ ਉੱਥੇ ਹੀ ਸੰਗਤਾਂ ਗੁਰੂ ਜੀ ਦੀ ਸਿੱਖਿਆ ਨਾਲ ਜੁੜ ਗਈਆਂ ਅੱਗੇ ਫੁਰਵਾਉਂਦੇ ਹਨ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮਤੇ ਜੇ ਕੋਆ ਜਦੋਂ ਗੁਰੂ ਜੀ ਨੇ ਸਿੱਧਾਂ ਨਾਲ ਉਹਨਾਂ ਦੇ ਸਥਾਨਾਂ ਤੇ ਜਾ ਕੇ ਵਿਚਾਰਾਂ ਕੀਤੀਆਂ ਤਾਂ ਉਹ ਵੀ ਗੁਰੂ ਅਰਜਨ ਦੇਵ ਜੀ ਦੀ ਸਿੱਖਿਆ ਨੂੰ ਮੰਨਣ ਲੱਗ ਪਏ ਉਹਨਾਂ ਸਥਾਨਾਂ ਦਾ ਨਾਮ ਵੀ ਨਾਨਕਮਤਾ ਗੋਰਖਮਤਾ ਆਦਿ ਪੈ ਗਏ ਪਾਈ ਗੁਰਦਾਸ ਜੀ ਅੱਗੇ ਫਰਮਾਉਂਦੇ ਹਨ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ ਹਰ ਘਰ ਵਿੱਚ ਕੀਰਤਨ ਹੋਣ ਲੱਗਾ ਇਸ ਤਰ੍ਹਾਂ ਹਰ ਘਰ ਧਰਮਸ਼ਾਲ ਬਣ ਗਿਆ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਢੋਆ ਬਾਬੇ ਨੇ ਅਜਿਹੀ ਗੁਰਮਤ ਦੀ ਲਹਿਰ ਚਲਾਈ ਕਿ ਸਾਰੇ ਸੰਸਾਰ ਨੂੰ ਤਾਰ ਦਿੱਤਾ ਕਾਵ ਕਰਮ ਕਾਂਡਾ ਵਿੱਚੋਂ ਕੱਢ ਕੇ ਸੱਚੇ ਪ੍ਰਮਾਤਮਾ ਨਾਲ ਜੋੜ ਦਿੱਤਾ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਵਿੱਚ ਆ ਕੇ ਲੋਕਾਂ ਨੂੰ ਪ੍ਰਮਾਤਮਾ ਦਾ ਗਿਆਨ ਦਿੱਤਾ ਆਓ ਬੱਚਿਓ ਆਪਾਂ ਮਿਲ ਕੇ ਇਸ ਕੀਰਤਨ ਦਾ ਗਾਇਨ ਕਰੀਏ